ਜਿਹੜੀਆਂ ਸੜਕਾਂ ਨੇ ਜਿੱਥੇ ਰੋਸ਼ਨੀ ਪੂਰੀ ਹੋਵੇ ਉਹ ਸਨੇਚਿੰਗ ਵਰਗਾ ਦਾ ਕ੍ਰਾਈਮ ਹੈ ਹੋ ਰਿਹਾ ਹੈ ਹਮੇਸ਼ਾ ਉੱਥੇ ਹੁੰਦਾ ਜਿੱਥੇ ਹਨੇਰਾ ਹੁੰਦਾ ਅਕਸਰ ਪਰ ਇੱਕ ਗੱਲ ਮੈਂ ਤੁਹਾਡੇ ਥਰੂ ਸਾਰੇ ਸਮਾਜ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ ਪੁਲਿਸ ਬਾਰੇ ਪਰਸੈਪਸ਼ਨ ਹੈ ਕਿ ਅਨਫਿਟ ਹੈ ਹੋ ਰਿਹਾ ਉਹਦੇ ਚ ਕਾਰਨ ਬੜੇ ਤੇ ਮੁਹੱਲੇ ਦੇ ਵਿੱਚ ਤੁਸੀਂ ਸੁਣਿਆ ਹੋਣਾ ਪਿੱਛੇ ਡੇਰਾ ਬਸੀ ਚ 1 ਕਰੋੜ ਦੀ ਉਹ ਰੋਬਰੀ ਦੇ ਗੱਲ ਆਈ ਸੀਗੀ ਇਹ ਵਿਮਨ ਤੇ ਚਾਈਲਡ ਨੂੰ ਅਸੀਂ ਪ੍ਰਾਇਓਰਿਟੀ ਦੇਈ ਜੀ ਉਹਨਾਂ ਦੀ ਗ੍ਰੀਵੈਂਸ ਨੂੰ ਉਹਨਾਂ ਦੀ ਤਕਲੀਫ ਨੂੰ ਸਭ ਤੋਂ ਪਹਿਲਾਂ ਪੁਲਿਸ ਦੇਖੇ ਮੇਨ ਗੱਲ ਕੀ ਹੁੰਦੀ ਹੈ ਕਿ ਜਦੋਂ ਕਿ ਕ੍ਰਾਈਮ ਸਾਡੇ ਏਰੀਆ 'ਚ ਹੋ ਗਿਆ ਜਾਂ ਉਹਨਾਂ ਦੇ ਏਰੀਆ 'ਚ ਹੋ ਗਿਆ ਅਸੀਂ ਵੀ ਉਹਨੂੰ ਆਪਣਾ ਕ੍ਰਾਈਮ ਮੰਨੀਏ ਜੀ ਜੇ ਦੋਨੋਂ ਸਟੇਟਸ ਇਸ ਗੱਲ ਤੇ ਆ ਜਾਂਦੀਆਂ ਤਾਂ ਕ੍ਰਿਮੀਨਲ ਵਾਸਤੇ ਮੁਸ਼ਕਲ ਹੋ ਜਾਂਦਾ ਹੈ ਦੇਖੋ ਜਿਹੜਾ ਟ੍ਰੈਫਿਕ ਹੁੰਦਾ ਜੀ ਆਮ ਲੋਕਾਂ ਦੇ ਵਿੱਚ ਨਾ ਚਰਚਾ ਹੁੰਦੀ ਹੈ ਜਾਂ ਪਰਸੈਪਸ਼ਨ ਬਣਿਆ ਹੁੰਦਾ ਕਿ ਪੁਲਿਸ ਦਾ ਹੀ ਕੰਮ ਹੈ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਬਾਉਸ਼ੇ ਟਾਈਮਜ਼ ਮਹੰਤਿਦਾਰ ਗੁਰਨਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹੈ ਆਪਣੀ ਅੱਜ ਦੀ ਇੰਟਰਵਿਊ ਬੜੀ ਖਾਸ ਰਹਿਣੇ ਵਾਲੀ ਹੈ ਮੈਂ ਤੁਹਾਨੂੰ ਜਿਸ ਆਫੀਸਰਸ ਹੈ ਬਾਨ ਅੱਜ ਮਲਾਉਣ ਜਾ ਰਹੇ ਹਾਂ ਚਾਹੇ ਉਹਨਾਂ ਦੀ ਪਰਫਾਰਮੈਂਸ ਬਤੌਰ ਐਸਐਸਪੀ ਹੋਵੇ ਪੰਜਾਬ ਦੇ بڑے ਜ਼ਿਲ੍ਹਿਆਂ ਚੋਂ ਐਸਐਸਪੀ ਰਹੇ ਨੇ ਤੇ ਉਸ ਤੋਂ ਬਾਅਦ ਰੇਂਜਾਂ ਦੇ ਡੀਆਈਜੀ ਰਹੇ ਨੇ ਪੁਲਿਸ ਕਮਿਸ਼ਨਰ ਰਹੇ ਨੇ ਹਰ ਜਗ੍ਹਾ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਬੜੀ ਵਿਲੱਖਣ ਰਹੀ ਹੈ ਤੇ ਲੋਕ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਬਹੁਤ ਪਸੰਦ ਕਰਦੇ ਨੇ ਮੈਂ ਤੁਹਾਨੂੰ ਅੱਜ ਮਲਾਉਣ ਜਾ ਰਿਹਾ ਹਾਂ DIG ਰੂਪਰਗਰ ਨਗਰ ਰੇਂਜ ਗੁਰਪ੍ਰੀਤ ਭੁੱਲਰ ਜੀ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਾਂਗੇ ਸਵਾਗਤ ਉਸ ਤੋਂ ਬਾਅਦ ਕਰਾਂਗੇ ਸਵਾਲਾਂ ਨਾਲ ਸੈਸ਼ਨ ਸ਼ੁਰੂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਬਾਉਸ਼ਕਰੀਆ ਥੈਂਕ ਯੂ ਜੀ ਸਰ ਤੁਹਾਡੀ ਰੂਪਨਗਰ ਰੇਂਜ ਦੇ ਵਿੱਚ ਕਿੰਨੇ ਜ਼ਿਲ੍ਹੇ ਤੇ ਟੋਟਲ ਕਿੰਨੇ ਥਾਣੇ ਪੈਂਦੇ ਦੇਖੋ ਟੋਟਲ ਜਿਹੜੀ ਰੂਪਨਗਰ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟਸ ਹੈ ਜੀ ਔਰ 40 40 ਥਾਣੇ ਆ ਸਾਡੇ ਜੀ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਜੀ ਇਹਦੇ ਵਿੱਚ ਮੋਹਾਲੀ ਹੈ ਐਸਐਸ ਨਗਰ ਫਤਿਹਗੜ੍ਹ ਸਾਹਿਬ ਤੇ ਰੂਪਨਗਰ ਜੀ ਸਰ ਮੇਰਾ ਤੁਹਾਨੂੰ ਅਗਲਾ ਸਵਾਲ ਹੈ ਇਸ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਲਈ ਕੀ ਕੀ ਐਫਰਟਸ ਕੀਤੇ ਜਾ ਰਹੇ ਨੇ ਤੁਹਾਡੇ ਵੱਲੋਂ ਬਤੋਓ ਡੀਆਈਜੀ ਦੇਖੋ ਅਸੀਂ ਜਿਹੜਾ ਪੁਲਿਸ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਜੀ ਉਹਦੇ ਤੇ ਮੈਂ ਪੜੀਆਂ ਇਹਨਾਂ ਨਾਲ ਸਖਤ ਤੈਤਾਂ ਤਿੰਨੋਂ ਡਿਸਟ੍ਰਿਕਟਸ ਦੇ ਵਿੱਚ ਇਹਨਾਂ ਨਾਲ ਵੀਡੀਓ ਕਾਨਫਰੈਂਸ ਵੀ ਕੀਤੀਆਂ ਔਰ ਅਪ ਟੂ ਐਸਐਚਓ ਲੈਵਲ ਤੱਕ ਸਾਡੀਆਂ ਡਾਇਰੈਕਸ਼ਨਸ ਗਈਆਂ ਜੀ ਕਿ ਅਸੀਂ ਕਰਾਈਮ ਕਿੱਦਾਂ ਪ੍ਰੀਵੈਂਟ ਕਰਨਾ ਹੈ ਜੀ ਉਸੇ ਸਿਲਸਲੇ ਜਿਹੜੀ ਸਭ ਤੋਂ ਮੇਨ ਇੰਪੋਰਟੈਂਟ ਗੱਲ ਹੈਗੀ ਹੈ ਉਹ ਹੈਗੀ ਹੈ ਵਿਜ਼ਿਬਿਲਟੀ ਕਿ ਪੁਲਿਸ ਤੁਹਾਨੂੰ ਦਿਖੇ ਚੈਕਿੰਗ ਹੋਵੇ ਵਹੀਕਲਸ ਹੀ ਹੋਵੇ ਟੈਨੈਂਸੀ ਵੈਰੀਫਿਕੇਸ਼ਨ ਹੋਵੇ ਉਹਦੇ ਤਹਿਤ ਹੀ ਅਸੀਂ ਜਿਹੜਾ ਪਿੱਛੇ ਜੇ ਮੈਂ ਆਪਣੇ ਸੁਪਰਵੀਜ਼ਨ ਦੇ ਵਿੱਚ ਤਿੰਨ ਮੇਨ ਕਲੋਨੀਆਂ ਜਿੱਥੇ ਸਾਨੂੰ ਇਨਪੁੱਟ ਸਿੱਗੀ ਕਿ ਲੋਕ ਬਿਨਾ شناخت ਤੋਂ ਜਿਹੜੇ ਟੈਨੈਂਟ ਰਹਿ ਰਹੇ ਨੇ ਜੀ ਜੀ ਉੱਥੇ ਅਸੀਂ ਸਰਚ ਕਰਾਈ ਤਿੰਨੋਂ ਡਿਸਟ੍ਰਿਕਟਸ ਦੇ ਐਸਐਸਪੀ ਸਹਿਬਾਨ ਨੇ ਆਪ ਲੀਡ ਕੀਤਾ ਜੀ ਖਰੜ ਦੇ ਵਿੱਚ ਔਰ ਮੁਹਾਲੀ ਦੇ ਵਿੱਚ ਕਿਉਂਕਿ ਅਕਸਰ ਇਹ ਹੁੰਦਾ ਕਿ ਜਿਹੜੇ ਨਵੀਂ ਕਲੋਨੀ ਜਾਂ ਅਪਾਰਟਮੈਂਟਸ ਬਣ ਜਾਂਦੇ ਨੇ ਜੀ ਜੀ ਉੱਥੇ ਲੋਕ ਬਿਨਾ ਆਪਣਾ ਆਇਡੈਂਟੀਟੀ ਡਿਸਕਲੋਸ ਕੀਤੇ ਗਲਤ ਨਾਮਾਂ ਵਗੈਰਾ ਦੇ ਉੱਤੇ ਸਬਲੈਟ ਕਰਕੇ ਇੱਕ ਇੱਕ ਨੇ ਲੈ ਲਿਆ ਪੰਜ ਪੰਜ ਬੰਦੇ ਰਹਿ ਰਹੇ ਆ ਜੀ ਜੀ ਸੋ ਦਾ ਬੜਾ ਅੱਛਾ ਇੰਪੈਕਟ ਗਿਆ ਔਰ ਉਹ ਇਹ سلسلہ ਸੀ ਜਾਰੀ ਰੱਖਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਪ੍ਰਾਣੇ ਪ੍ਰੋਕਲੇਮਡ ਡਿਫੈਂਡਰਸ ਨੇ ਜਾਂ ਹੋਰ ਡਰੱਗ ਦੇ ਉੱਤੇ ਵੀ ਜਿਹੜਾ ਸਾਡਾ ਪੂਰਾ ਧਿਆਨ ਹੈ ਔਰ ਮੈਂ ਨਦੀ ਮੋਨੀਟਰ ਕਰਦਾ ਰਹਿਣਾ ਜਿਹੜੀ ਪ੍ਰੋਗਰੈਸ ਹੈ ਤੈਨੂੰ ਡਿਸਟ੍ਰਿਕਟਸ ਦੀ ਔਰ ਮੇਰੇ ਮੁਤਾਬਕ ਜੇ ਸੈਟੀਸਫੈਕਟਰੀ ਠੀਕ ਚੱਲ ਰਹੇ ਨੇ ਔਰ ਜਿਵੇਂ ਜਿਵੇਂ ਹੋਰ ਅਸੀਂ ਮਤਲਬ ਇਹਦੇ ਬਾਅਦ ਫੋਕਸ ਕਰਾਂਗੇ ਤਾਂ ਹੋਰ ਇੰਪਰੂਵਮੈਂਟ ਹੋਏਗੀ ਇਸ 'ਚ ਸਰ ਹੁਣ ਤੱਕ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਲਗਭਗ ਤੁਹਾਡੇ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕ ਫੜੇ ਜਾ ਚੁੱਕੇ ਨੇ ਜਿਹੜੇ ਦੇਖੋ ਇਹ ਤਾਂ ਰੋਜ਼ ਦਾ ਸਿਲਸਿਲਾ ਹੈਗਾ ਜੀ ਕਿ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਜਾਂ ਕ੍ਰਿਮੀਨਲ ਉਹ ਫੜੇ ਜਾਣੇ ਆ ਬੇਸਿਕਲੀ ਜਿਹੜੇ ਮੇਜਰ ਸਾਡੇ ਕੇਸਸ ਨੇ ਉਹ ਅਸੀਂ ਤਕਰੀਬਨ ਟ੍ਰੇਸ ਕਰ ਲਏ ਆ ਜੀ ਤੇ ਮੁਹੱਲੇ ਦੇ ਵਿੱਚ ਤੁਸੀਂ ਸੁਣਿਆ ਹੋਣਾ ਪਿੱਛੇ ਡੇਰਾ ਬਸੀ ਚ 1 ਕਰੋੜ ਦੀ ਉਹ ਰੋਬਰੀ ਦੇ ਗੱਲ ਆਈ ਸੀਗੀ ਉਹ ਸਾਰੇ ਬੰਦੇ ਫੜੇ ਗਏ ਆ ਆਊਟ ਆਫ ਸਟੇਟ ਤੋਂ ਤੇ ਉਹਦੀ ਵੀ ਜਿਹੜੀ ਐ ਐਸਐਸਪੀ ਸਾਹਿਬ ਜਿਹੜਾ ਸ਼ੇਅਰ ਵੀ ਕਰ ਰਹੇ ਨੇ ਰੈਸਟ ਪੈ ਚੁੱਕੀ ਉਹਨਾਂ ਬੰਦਿਆਂ ਦੀ ਜੀ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੇਨ ਕੇਸ ਸੀਗਾ ਸਾਡਾ ਜਿਹੜਾ ਇੱਕ ਅਮਲੋ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋ ਗਿਆ ਸੀਗਾ ਜੀ ਜੀ ਉਹ ਵੀ ਬੜੀ ਮਿਹਨਤ ਨਾਲ ਕਿਉਂਕਿ ਮੈਂ ਉਹਦੇ ਆਪ ਮਾਨੀਟਰ ਕਰਦੇ ਰਿਹਾ ਐਸਐਸਪੀ ਫਤਿਹਗੜ੍ਹ ਆਪ ਬੜੇ ਪਰਸਨਲੀ ਪੀਨ ਲੈਂਦੇ ਰੇ ਤੋ ਵੀ ਜਿਹੜਾ ਉਹਦੇ ਹਸਬੰਡ ਨੇ ਹੀ ਉਹ ਸਾਰਾ ਕੰਮ ਕਰਾਇਆ ਸੀ ਉਹ ਸਾਰੀ ਰਿਵੀਲ ਹੋ ਚੁੱਕੀ ਐ ਰੋਪੜ ਚ ਵੀ ਜਿਹੜੇ ਖਾਲਸਾ ਜਿੰਦਾਬਾਦ ਲਿਖਣ ਦੇ ਨਾਰੇ ਨੂਰੇ ਵਾਲੇ ਬੰਦੇ ਆ ਉਹ ਵੀ ਸਾਰੇ ਫੜੇ ਜਾ ਚੁੱਕੇ ਆ ਤੇ ਜਿਹੜਾ ਸਾਡਾ ਇਹ ਆਪਰੇਸ਼ਨ ਹੈ ਉਸ ਨੂੰ ਹੋਰ ਬੈਟਰ ਕਰਨ ਵਾਸਤੇ ਮੈਂ ਰੇਂਜ ਦੇ ਵਿੱਚ ਕਿਉਂਕਿ ਡਰੱਗ ਦਾ ਤੇ ਆਰਗੇਨਾਈਜ਼ ਕ੍ਰਾਈਮ ਦਾ ਇਹ ਅੱਜਕੱਲ ਜਿਆਦਾ ਮਤਲਬ ਸੋਸਾਇਟੀ ਦੇ ਵਿੱਚ ਇਹਦਾ ਪ੍ਰਚਲਨ ਹੈ ਉਹਦੇ ਵਿੱਚ ਮੈਂ ਰੇਂਜ ਲੈਵਲ ਦੇ ਉੱਤੇ ਆਪਣਾ ਨਾਰਕੋਟਿਕ ਦਾ ਐਂਟੀ ਨਾਰਕੋਟਿਕ ਸੈੱਲ ਔਰ ਇੱਕ ਆਪਰੇਸ਼ਨਲ ਸੈੱਲ ਸਥਾਪਿਤ ਕੀਤਾ ਹੈ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਡਿਸਟ੍ਰਿਕਟਸ ਦਾ ਕ੍ਰਾਈਮ ਆਰਗਨਾਈਜ਼ਡ ਔਰ ਡਰਗ ਇਹਦੇ ਉੱਤੇ ਫੋਕਸ ਕਰਾਂਗੇ ਸੋ ਦੈਟ ਜਿਹੜਾ ਸਾਡੇ ਡਿਸਟ੍ਰਿਕਟ ਦੇ ਵਿੱਚ ਹੋਰ ਵੀ ਜਿਹੜੀ ਪੁਲਿਸ ਦੀ ਜਿਹੜੀ ਪਰਫਾਰਮੈਂਸ ਹੈ ਉੱਪਰ ਕੇ ਆਵੇ ਤੇ ਸਾਡਾ ਜਿਹੜਾ ਸਮਾਜ ਹੈ ਉਹ ਕ੍ਰਾਈਮ ਰਹਿਤ ਰਹਿ ਸਕੇ ਤਾਂ ਇਹ ਡਰਗ ਦੀ ਚਰਚਾ ਆਮ ਤੌਰ ਤੇ ਹੁੰਦੀ ਰਹਿੰਦੀ ਹੈ ਵੀ ਡਰਗ ਨੂੰ ਕੰਟਰੋਲ ਕਰਨ ਲਈ ਕੀ ਐਫਰਟਸ ਕੀਤੇ ਜਾ ਰਹੇ ਨੇ ਹੁਣ ਤੱਕ ਕਿਹੜੀ ਕਿਹੜੀ ਡਰਗ ਕਿੰਨੇ ਲਗਭਗ ਕਿੰਨੇ ਲੋਕ ਫੜੇ ਗਏ ਨੇ ਹੁਣ ਤੱਕ ਦੇਖੋ ਇਹਦੇ ਵਿੱਚ ਵੀ ਤਿੰਨੋਂ ਜ਼ਿਲ੍ਹਿਆਂ ਦਾ ਬੜਾ ਅੱਛਾ ਕੰਮ ਰਿਹਾ ਹੈ ਮੁਹੱਲੇ ਚ ਵੀ ਪਿੱਛੇ ਡੇਰਾ ਬਸੀ 1.5 ਕਿਲੋ ਹੀਰੋਇਨ ਫੜੀ ਗਈ ਹੈ ਜੀ ਤੇ ਫਤੇਗੜ ਸਾਹਿਬ ਵਾਲਿਆਂ ਨੇ ਵੀ ਕਾਫੀ ਜ਼ਿਆਦਾ ਜਿਹੜੇ ਉਹ ਸਿੰਥੈਟਿਕ ਟੈਬਲੇਟਸ ਨੇ ਉਹ ਫੜੀਆਂ ਹੈ OPM ਫੜੀ ਗਈ ਹੈ ਜੀ ਤੇ ਰੋਪੜ ਚ ਵੀ ਇਸ ਤਰ੍ਹਾਂ ਜਿਹੜਾ ਹਿਮਾਚਲ ਬਾਰਡਰ ਤੋਂ ਟਾਈਮ ਟੂ ਟਾਈਮ ਜਿਹੜੀ ਹੈ ਰਿਕਵਰੀ ਹੁੰਦੀ ਹੈ ਗੈਂਗਸ ਫੜੇ ਗਏ ਆ ਵੈਪਨਸ ਫੜੇ ਗਏ ਆ ਪੀਯੂਜ਼ ਜਿਹੜੇ ਐਨਡੀਪੀਐਸ ਦੇ ਉਹਨਾਂ ਦੇ ਉੱਤੇ ਫੋਕਸ ਆ ਉਹ ਵੀ ਉਹਦੇ ਚ ਵੀ ਜਿਹੜੀ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਰੇਂਜ ਲੈਵਲ ਤੇ ਵੀ ਇੱਕ ਸਪੈਸ਼ਲ ਸੈੱਲ ਅਸੀਂ ਕ੍ਰੀਏਟ ਕੀਤਾ ਜਿਹੜਾ ਕਿ ਇਸ ਕੰਮ ਦੇ ਉੱਤੇ ਸਿਰਫ ਫੋਕਸ ਕਰੇਗਾ ਡਰੱਗਸ ਔਰ ਆਰਗੇਨਾਈਜ਼ ਕ੍ਰਾਈਮ ਤੁਹਾਡੀ ਜਿਹੜੀ ਰੇਂਜ ਹੈ ਉਹ ਦੋ ਸਟੇਟਾਂ ਨਾਲ ਬਾਰਡਰ ਹਰਿਆਣਾ ਤੇ ਹਿਮਾਚਲ ਨਾਲ ਲੱਗਦਾ ਉਹ ਨੂੰ ਸਿਸਟਮ ਨੂੰ ਸਾਰਾ ਮੈਨੇਜ ਕਰਨ ਲਈ ਕੀ ਐਫਰਟਸ ਨੇ ਦੇਖੋ ਸਭ ਤੋਂ ਜ਼ਰੂਰੀ ਹੁੰਦਾ ਹੈ ਬਾਰਡਰਸ ਦੇ ਉੱਤੇ ਕੋਆਰਡੀਨੇਸ਼ਨ ਜੀ ਤੋਂ ਪਿੱਛੇ ਅਮਾਲੇ ਦੇ ਵਿੱਚ ਕੋਆਰਡੀਨੇਸ਼ਨ ਇੰਟਰ ਸਟੇਟ ਮੀਟਿੰਗ ਹੋਈ ਸੀ ਉਹ ਮੈਂ ਆਪ ਖੁਦ ਟ੍ਰੈਨਡ ਕੀਤੀ ਸੀ ਸਾਡਾ ਉਹਨਾਂ ਨਾਲ ਬੜਾ ਅੱਛਾ ਰَابਤਾ ਐ ਐਸਐਸਪੀ ਲੈਵਲ ਤੇ ਮੇਰੇ ਲੈਵਲ ਤੇ ਵੀ ਅਸੀਂ ਉਹਨਾਂ ਨਾਲ ਇਨ ਟੱਚ ਰਹਿਨੇ ਆਂ ਔਰ ਸ਼ੇਅਰਿੰਗ ਆਫ ਇਨਫੋਰਮੇਸ਼ਨ ਮੇਨ ਗੱਲ ਕੀ ਹੁੰਦੀ ਹੈ ਕਿ ਜਦੋਂ ਕਿ ਕ੍ਰਾਈਮ ਸਾਡੇ ਏਰੀਆ ਚ ਹੋ ਗਿਆ ਜਾਂ ਉਹਨਾਂ ਦੇ ਏਰੀਆ ਚ ਹੋ ਗਿਆ ਅਸੀਂ ਵੀ ਉਹਨੂੰ ਆਪਣਾ ਕ੍ਰਾਈਮ ਮੰਨੀਏ ਜੇ ਦੋਨੋਂ ਸਟੇਟਸ ਇਸ ਗੱਲ ਤੇ ਆ ਜਾਂਦੀਆਂ ਤਾਂ ਕ੍ਰਿਮੀਨਲ ਵਾਸਤੇ ਮੁਸ਼ਕਲ ਹੋ ਜਾਂਦਾ ਸੋ ਮੈਨੂੰ ਕਾਫੀ ਉਮੀਦ ਹੈ ਕਿ ਜਿਸ ਤਰ੍ਹਾਂ ਸਾਡਾ ਉਹਨਾਂ ਨਾਲ ਕੋਆਰਡੀਨੇਸ਼ਨ ਹੈ ਚਾਹੇ ਚੰਡੀਗੜ੍ਹ ਵੀ ਹੈ ਪੰਚਕੁਲਾ ਵੀ ਹੈ ਸਾਰਾ ਬੜਾ ਅੱਛਾ ਚੱਲ ਰਿਹਾ ਟ੍ਰਾਈ ਸਿਟੀ ਚ ਵੀ ਔਰ ਇੰਟਰ ਸਟੇਟ ਵੀ ਔਰ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਕਈ ਥਾਣਿਆਂ ਚ ਜਾ ਕੇ ਥੋੜਾ ਪਤਾ ਲੱਗਦਾ ਵੀ ਜਿਹੜੀ ਨਫਰੀ ਦੀ ਘਾਟ ਹੈ ਵੀ ਉਹ ਥੋੜੀ ਜਿਹੀ ਰਹਿੰਦੀ ਹੈ ਨਫਰੀ ਦੀ ਘਾਟ ਨੂੰ ਤੁਸੀਂ ਰੇਂਜ ਦੇ ਵਿੱਚ ਪੂਰਾ ਕਰਨ ਲਈ ਕੀ ਐਫਰਟਸ ਕਰ ਰਹੇ ਹੋ ਦੇਖੋ ਉਹ ਤਾਂ ਗੱਲ ਬਿਲਕੁਲ ਹੈ ਕਿਉਂਕਿ ਸੈਂਕਸ਼ਨ ਸਟਰੈਂਥ ਦੇ ਵਿੱਚ ਕਾਫੀ ਡੈਫੀਸ਼ੀਐਂਸੀ ਹੈ ਔਰ ਉਸੇ ਕਰਕੇ ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਭਰਤੀ ਮਹਿੰਮ ਦਾ ਵੀ ਜਿਹੜਾ سلسلہ ਸ਼ੁਰੂ ਕੀਤਾ ਜਾ ਚੁੱਕਾ ਹੈ ਉਸੇ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਡਿਸਟ੍ਰਿਕਟ ਨੂੰ ਕਿਸੇ ਨੂੰ ਵੀ ਏਵੈਲਿਊਏਟ ਕਰਦੇ ਆ ਜੇ ਤਾਂ ਸੈਂਕਸ਼ਨ ਸਟਰੈਂਥ ਤੋਂ ਇਲਾਵਾ ਜਿਹੜੀ ਸਾਡੀ ਟੈਂਪੋਰੀ ਅਟੈਚਮੈਂਟਸ ਬਹੁਤ ਹੋ ਜਾਂਦੀਆਂ ਕੁਝ ਹੈੱਡ ਆਫਿਸ ਹੋ ਜਾਂਦੀਆਂ ਕੁਝ ਹੋਰ ਵਿੰਗਸ ਦੇ ਵਿੱਚ ਹੋ ਜਾਂਦੀਆਂ ਕਿਉਂਕਿ ਉਹ ਵਿੰਗਸ ਨੇ ਵੀ ਜਿਹੜੀ ਹੈ ਨਫਰੀ ਹੈ ਉਹ ਡਿਸਟ੍ਰਿਕਟ ਨੂੰ ਡਰਾਈਵ ਕਰਨੀ ਹੈ ਜੀ ਪਰ ਸਾਨੂੰ ਇਹਦੇ ਵਿੱਚ ਹਮੇਸ਼ਾ ਹੀ ਡੀਜੀ ਸਾਹਿਬ ਦੇ ਆਫਿਸ ਵੱਲੋਂ ਏਡੀਜੀ ਸਾਹਿਬ ਲਾਉਂਡ ਆਰਡਰ ਵੱਲੋਂ ਐਕਸਟਰਾ ਫੋਰਸ ਮਿਲਦੀ ਰਹਿੰਦੀ ਹੈ ਟਾਈਮ ਟੂ ਟਾਈਮ ਜੋ ਵੀ ਸਾਡੀ ਕੋਈ ਐਜੀਟੇਸ਼ਨ ਹੁੰਦੀ ਹੈ ਜਾਂ ਕੋਈ ਸਪੈਸ਼ਲ ਆਪਰੇਸ਼ਨ ਚਲਾਉਣਾ ਹੁੰਦਾ ਸੋ ਉਹਨੂੰ ਅਸੀਂ ਕਾਫੀ ਹੱਦ ਤੱਕ ਕਵਰ ਕਰਦੇ ਰਹਿੰਦੇ ਆ ਬਾਹਰਲੀ ਯੂਨਿਟਸ ਤੋਂ ਐਕਸਟਰਾ ਫੋਰਸ ਮੰਗਾ ਕੇ ਆਮ ਲੋਕਾਂ ਦੀ ਸੁਰੱਖਿਆ ਦੇ ਨਾਂ ਨਾਲ ਬੱਚਿਆਂ ਤੇ ਵੂਮਨ ਦੀ ਜਿਹੜੀ ਸੁਰੱਖਿਆ ਜਾਂ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਪ੍ਰੋਪਰ ਹੋਣਾ ਚਾਹੀਦਾ ਹੈ ਇਹਦੇ ਲਈ ਪਿੱਛੇ ਜਿਹੜੇ ਮਹਿਲਾ ਥਾਣੇ ਨੇ ਉਹਨਾਂ ਦੀ ਉਹ ਵੀ ਕੀਤੀ ਗਈ ਹੈ ਹਰ ਥਾਣੇ ਦੇ ਵਿੱਚ ਜਿਹੜਾ ਮਹਿਲਾ ਵਿੰਗ ਆ ਉਹ ਬਣਾਇਆ ਗਿਆ ਸੋ ਤੁਹਾਡੀ ਰੇਂਜ ਦੇ ਵਿੱਚ ਜਿਹੜੇ ਹੈਗੇ ਨੇ ਉਹ ਬੱਚਿਆਂ ਦੀ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਜਿਹੜੇ ਤੁਸੀਂ ਐਫਰਟਸ ਕਰ ਰਹੇ ਹੋ ਕੀ ਕੀ ਨੇ ਇਹ ਕੋਈ ਜਿਹੜਾ ਮਹਿਲਾ ਮਿੱਤਰ ਦਾ ਕਨਸੈਪਟ ਸਾਰੇ ਪੰਜਾਬ 'ਚ ਚਲਾਇਆ ਗਿਆ ਬੜਾ ਅੱਛਾ ਹੈ ਕਿ ਔਰਤਾਂ ਤੇ ਚਾਈਲਡ ਨੂੰ ਅਸੀਂ ਪ੍ਰਾਇੋਰਟੀ ਦੇਈਏ ਉਹਨਾਂ ਦੀ ਗ੍ਰੀਵੈਂਸ ਨੂੰ ਉਹਨਾਂ ਦੀ ਤਕਲੀਫ ਨੂੰ ਸਭ ਤੋਂ ਪਹਿਲਾਂ ਪੁਲਿਸ ਦੇਖੇ ਔਰ ਤਿੰਨੋਂ ਡਿਸਟ੍ਰਿਕਟਸ ਦੇ ਵਿੱਚ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਡੇ ਐਸਐਸਪੀਸ ਸਾਰੇ ਯੰਗ ਆਫਿਸਰਸ ਨੇ ਔਰ ਬਹੁਤ ਅੱਛਾ ਸੈਂਸਿਟਿਵਲੀ ਕੰਮ ਕਰ ਰਹੇ ਹਨ ਦੋਨੋਂ ਮੁੱਦਿਆਂ ਤੇ ਚਾਹੇ ਵਿਮਨ ਦਾ ਅਫੇਅਰ ਹੋਵੇ ਚਾਹੇ ਉਹ ਬੱਚਿਆਂ ਦਾ ਅਫੇਅਰ ਹੋਵੇ ਹੈਲਪਲਾਈਨਸ ਵੀ ਚੱਲ ਰਹੀਆਂ ਹਨ ਔਰ ਪ੍ਰਾਇਰਟਾਈਜ਼ ਨੂੰ ਅਸੀਂ ਕਰਦੇ ਰਹੇ ਰਹੇ ਹਾਂ ਕੋਈ ਇਹੋ ਜਿਹਾ ਸੈਂਸੇਸ਼ਨਲ ਕ੍ਰਾਈਮ ਅਜੇ ਤੱਕ ਪ੍ਰਮਾਤਮਾ ਦੀ ਮਿਹਰ ਨਾਲ ਆਪਣਾ ਇਹੋ ਜਿਹਾ ਨਹੀਂ ਜਿਹੜਾ ਕੋਈ ਅਨਟ੍ਰੇਸ ਹੋਵੇ ਤੇ ਉਹ ਰਹਿ ਨੂੰ ਅਸੀਂ ਪ੍ਰਾਇਰਟੀ ਦੇ ਵਿੱਚ ਆਪਣੀ ਚ ਹਮੇਸ਼ਾ ਹੀ ਰੱਖਾਂਗੇ ਇੱਕ ਸਾਡੇ ਟ੍ਰੈਫਿਕ ਦੀ ਸਮੱਸਿਆ ਦਿਨ ਭਰ ਤੇ ਦਿਰਵਾਦੀ ਜਾ ਰਹੀ ਹੈ ਬਾਈਕਲ ਬਹੁਤ ਜਿਹੜੇ ਬਹਿ ਕੇ ਨੇ ਜਿਆਦਾ ਹੋਰ ਨੇ ਕੋਈ ਪਾਰਕਿੰਗ ਸਹੀ ਨਹੀਂ ਕਰਦੇ ਸੋ ਤੁਹਾਡੇ ਜਿਹੜਾ ਮੋਹਾਲੀ ਵਰਗਾ ਜਿਹੜਾ ਇੱਥੇ ਡਿਸਟ੍ਰਿਕਟ ਆ ਇਹਦੇ ਵਿੱਚ ਜਿਹੜੇ ਵਾਈਕਲ ਨੇ ਉਹ ਬਹੁਤ ਜਿਆਦਾ ਨੇ ਸੋ ਰੋਪੜਾ ਜਿਹੜਾ ਉਹ ਬੜਾ ਟਾਈਟ ਸ਼ਹਿਰ ਹੈ ਉੱਤੇ ਜਿਹੜੀ ਉਹ ਹੈ ਤੁੰਬੇ ਸੜਕਾਂ ਵੀ ਨੇ ਜਿਹੜੀਆਂ ਹੈਗੀਆਂ ਨੂੰ ਬੜੀਆਂ ਉਹ ਨੇ ਸੋ ਟ੍ਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਕੀ ਐਫਰਟਸ ਨੇ ਤੁਹਾਡੇ ਦੇਖੋ ਜਿਹੜਾ ਟ੍ਰੈਫਿਕ ਹੁੰਦਾ ਜੀ ਆਮ ਲੋਕਾਂ ਦੇ ਵਿੱਚ ਨਾ ਚਰਚਾ ਹੁੰਦੀ ਹੈ ਜਾਂ ਪਰਸੈਪਸ਼ਨ ਬਣਿਆ ਹੁੰਦਾ ਕਿ ਪੁਲਿਸ ਦਾ ਹੀ ਕੰਮ ਹੈ ਜੀ ਟ੍ਰੈਫਿਕ ਬੜਾ ਮਲਟੀਫੇਰਸ ਏਜੰਸੀਜ਼ ਦਾ ਕੰਮ ਹੈ ਸਪੈਸ਼ਲੀ ਜੇ ਸ਼ਹਿਰਾਂ ਚਾ ਤਾਂ ਮਿਊਨਿਸਪੈਲਿਟੀ ਦਾ ਬਹੁਤ ਵੱਡਾ ਰੋਲ ਹੈ ਜੀ ਵੱਡੀ ਹਾਈਵੇ ਦੇ ਉੱਤੇ ਪੀ ਡਬਲਯੂ ਡੀ ਦਾ ਰੋਲ ਹੈ ਔਰ ਜਿਵੇਂ ਮੁਹਾਲੀ ਵਰਗੇ ਸ਼ਹਿਰ ਚ ਕਮਾਡਾ ਦਾ ਵੀ ਕਾਫੀ ਉਹਦੇ ਚ ਰੋਲ ਆ ਜਾਂਦਾ ਹੈ ਉਹਦੇ ਵਿੱਚ ਬੇਸਿਕਲੀ ਜੋ ਸਾਡੀ ਸਟਰੈਟਜੀ ਇਹ ਹੈ ਕਿ ਪਾਰਕਿੰਗ ਸਪੇਸਸ ਸਾਡੇ ਕੋਲ ਅਲੋਕੇਟ ਹੋਣ ਕਿਉਂਕਿ ਜੇ ਕੋਈ ਸਮਾਜ ਦੇ ਵਿੱਚ ਆਪਣਾ ਮੈਂਬਰ ਕੋਈ ਵਿਅਕਤੀ ਜਾਂਦਾ ਹੈ ਮਾਰਕੀਟ ਤੋ ਉਹਨੂੰ ਜੇ ਉਹ ਕਵੇ ਮੈਂ ਹੁਣ ਜੇ ਤੁਸੀਂ ਇੱਥੇ ਗੱਡੀ ਮੈਨੂੰ ਲਾਉਣ ਨਹੀਂ ਦਿੰਦੇ ਤੇ ਮੈਂ ਕਿੱਥੇ ਲਾਵਾਂ ਜੀ ਉਹਦਾ ਆਨਸਰ ਜਿੰਦਰ ਤੱਕ ਪੁਲਿਸਮੈਨ ਕੋਲ ਨਹੀਂ ਹੋਏਗਾ ਇਹ ਸਮੱਸਿਆ ਹਟ ਨਹੀਂ ਸਕਦੀ ਆਪਾਂ ਆਰਡਰਲਿਨੈਸ ਕਰ ਸਕਦੇ ਆ ਪੁਲਿਸ ਦਾ ਕੰਮ ਹੈ ਟ੍ਰੈਫਿਕ ਦੀ ਰੈਗੂਲੇਸ਼ਨ ਕਰਨਾ ਜਬ ਵਾਇਓਲੇਟਰਸ ਦੇ ਖਿਲਾਫ ਕਰਨਾ ਉਹ ਕੰਮ ਤਾਂ ਅਸੀਂ ਕਰ ਸਕਦੇ ਹਾਂ ਪਰ ਜਿਵੇਂ ਹੁਣ ਰੈੱਡ ਲਾਈਟ ਆ ਉਹਦਾ ਟਾਈਮਿੰਗ ਕਿਦਾਂ ਹੈ ਕਿੰਨਾ ਹੋਣਾ ਚਾਹੀਦਾ ਔਰ ਰਾਤ ਦੇ ਟਾਈਮ ਉਹ ਬਲਿੰਕਰ ਬਣ ਜਾਣ ਹਾਈਵੇ ਪੈਟਰੋਲ ਜਿਹੜੀ ਰੇਂਜ ਦੇ ਵਿੱਚ ਮੈਂ ਆਪਣੀ ਚਲਾਈ ਹੋਈ ਹੈ ਉਹ ਬੜਾ ਅੱਛਾ ਕੰਮ ਕਰ ਰਹੀ ਹੈ ਟਾਈਮ ਟੂ ਟਾਈਮ ਐਕਸੀਡੈਂਟ ਵਹੀਕਲਸ ਨੂੰ ਰੈਪਿਡ ਰੂਰਲ ਰਿਸਪੌਂਸ ਦੀਆਂ ਗੱਡੀਆਂ ਉਹ ਵੀ ਜੇ ਕੋਈ ਕੋਈ ਐਮਰਜੈਂਸੀ ਹੁੰਦੀ ਹੈ ਐਕਸੀਡੈਂਟ ਕੇਸਸ ਨੂੰ ਬੜਾ ਪ੍ਰਾਇੋਰਟਾਈਜ਼ ਕਰਕੇ ਪੁਲਿਸ ਜਿਹੜੀ ਹੈ ਸੇਵ ਕਰਨ ਦੀ ਕੋਸ਼ਿਸ਼ ਕਰਦੀ ਹੈ ਬਟ ਇਹ ਔਨ ਗoing ਐਕਸਰਸਾਈਜ਼ ਹੈ ਗਮਾੜਾ ਨਾਲ ਮਿਊਨਿਸਪਲ ਕਾਰਪੋਰੇਸ਼ਨ ਨਾਲ ਸਪੈਸ਼ਲੀ ਮੁਹੱਲੀ ਵਾਸਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਡੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਵੱਧ ਤੋਂ ਵੱਧ ਅਸੀਂ ਕੈਮਰੇ ਲਵਾਈਏ ਕੈਮਰਾ ਵੀ ਇੱਕ ਬੜਾ ਪ੍ਰੀਵੈਂਸ਼ਨ ਆਫ ਕਰਾਈਮ ਔਰ ਟ੍ਰੈਫਿਕ ਦੇ ਕੰਟਰੋਲ ਦੇ ਵਿੱਚ ਦੋਨਾਂ ਦੇ ਵਿੱਚ ਬਹੁਤ ਅੱਛਾ ਕੰਮ ਕਰਦਾ ਹੈ ਜੀ ਰੈੱਡ ਲਾਈਟਸ ਜਿੱਥੇ ਤੇ ਲੋਡ ਹੈ ਕੁਝ ਰੋਡ ਰਿਪੇਅਰਸ ਦੀ ਲੋਡ ਹੈ ਜਿਵੇਂ 에어ਪੋਰਟ ਰੋਡ ਦੇ ਉੱਤੇ ਪਿੱਛੇ ਆਇਆ ਕਿ ਟੂ ਵੀਲਰਸ ਵਾਲਿਆਂ ਦੇ ਐਕਸੀਡੈਂਟ ਹੋ ਗਏ ਬਕਾਜ਼ ਉੱਥੇ ਇੱਕ ਪੋਟ ਹੋਲ ਬਣ ਗਿਆ ਮੇਨ ਹਾਈਵੇ ਦੇ ਰਾਤ ਨੂੰ ਪਤਾ ਨਹੀਂ ਲੱਗਦਾ ਦੂਜੀ ਗੱਲ ਕ੍ਰਾਈਮ ਤੇ ਟ੍ਰੈਫਿਕ ਨਾਲ ਰਿਲੇਟਡ ਹੈ ਕਿ ਵੈਲਿਟ ਜਿਹੜੀਆਂ ਸੜਕਾਂ ਨੇ ਜਿੱਥੇ ਰੋਸ਼ਨੀ ਪੂਰੀ ਹੋਵੇ ਹੁਣ ਸਨੇਚਿੰਗ ਵਰਗਾ ਜਿਹੜਾ ਕ੍ਰਾਈਮ ਹੈ ਹੋ ਰਿਹਾ ਹੈ ਉਹ ਹਮੇਸ਼ਾ ਉੱਥੇ ਹੁੰਦਾ ਜਿੱਥੇ ਹਨੇਰਾ ਹੁੰਦਾ ਹੈ ਅਕਸਰ ਫਾਇਦਾ ਲੈਂਦਾ ਕ੍ਰਿਮੀਨਲ ਉਹ ਵੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਇਸ ਤੋਂ ਇਲਾਵਾ ਡਾਰਕ ਸਪots ਨੇ ਜਿੱਥੇ ਸਾਡੇ ਹਾਈਵੇ ਦੇ ਉੱਤੇ ਚਾਹੇ ਉਹ ਰੋਪੜ ਵਾਲਾ ਹਾਈਵੇ ਹੈ ਸਾਡਾ ਉਹ ਫਤਿਹਗੜ੍ਹ ਸਾਹਬ ਵਾਲਾ ਹਾਈਵੇ ਹੈ ਉਹਦੇ ਵਿੱਚ ਡਾਰਕ ਸਪots ਅਸੀਂ ਆਈਡੈਂਟੀਫਾਈ ਕੀਤੇ ਆ ਔਰ ਐਸਐਸਪੀਜ਼ ਨੂੰ ਇਹੀ ਹਦਾਇਤ ਕੀਤੀ ਕਿ ਟ੍ਰੈਫਿਕ ਸਟਾਫ ਉਤੇ ਅਸੀਂ ਫੋਕਸ ਕਰੀਏ ਉਹਦੇ ਰੀਜ਼ਨ ਲੱਭੀਏ ਵੀ ਇਸ ਮੋੜ ਤੇ ਇਸ ਪੁਆਇੰਟ ਤੇ ਕਿਉਂ ਐਕਸੀਡੈਂਟ ਹੁੰਦਾ ਉਹਨੂੰ ਅਸੀਂ ਬੈਟਰ ਕਰਕੇ ਚਾਹੇ ਉਹ ਬੋਰਡਸ ਲੁਆਈਏ ਸਾਈਨ ਬੋਰਡ ਲੁਆਈਏ ਸਪੀਡ ਲਿਮਿਟਸ ਜਿਹੜੀਆਂ ਕਰਨੀਆਂ ਹੁੰਦੀਆਂ ਉਹ ਵੀ ਪੁਲਿਸ ਦੇ ਪਾਵਰ ਖੇਤਰ ਚੋਂ ਬਾਹਰ ਨਹੀਂ ਉਹ ਵੀ ਮਿਊਨਿਸਪਲ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਹੈ ਸ਼ਹਿਰ ਚ ਉਹ ਵੀ ਸਾਰਾ ਹੁਣ ਸਿਲਸਿਲਾ ਚੱਲ ਰਿਹਾ ਹੈ ਮੈਨ ਇਹ ਸਾਰਾ ਕੋਆਰਡੀਨੇਟਡ অর ਮਲਟੀ ਏਜੰਸੀ ਸਿਸਟਮ ਹੈ ਟ੍ਰੈਫਿਕ ਦਾ ਉਹਦੇ ਚ ਅਸੀਂ ਜਿਹੜਾ ਪੁਲਿਸ ਦਾ ਰੋਲ ਉਹਨੂੰ ਬੜਾ ਪੁਸ਼ ਕਰ ਰਹੇ ਆ ਉਹਨੂੰ ਪ੍ਰਾਇੋਰਟਾਈਜ਼ ਕਰ ਰਹੇ ਆ ਪੁਲਿਸ ਫੋਰਸ ਨੇ ਮੇਰਾ ਇੱਕ ਸਵਾਲ ਹੈ ਜਿਹੜਾ ਪੁਲਿਸ ਫਿੱਟ ਹੋਣੀ ਚਾਹੀਦੀ ਹੈ ਫਿਜ਼ੀਕਲੀ ਤੇ ਮੈਂਟਲੀ ਸੋ ਇਹਦੇ ਲਈ ਕੋਈ ਐਫਰਟ ਤੁਸੀਂ ਸੋਚਿਆ ਵੀ ਇਹ ਐਫਰਟ ਸਾਨੂੰ ਕਰਨਾ ਚਾਹੀਦਾ ਜਾਂ ਕੋਈ ਚੱਲ ਰਿਹਾ ਏਦਾਂ ਦਾ ਦੇਖੋ ਇਹ ਬੜਾ ਇੰਪੋਰਟੈਂਟ ਸਵਾਲ ਹੈ ਪਰ ਇੱਕ ਗੱਲ ਮੈਂ ਤੁਹਾਡੇ ਥਰੂ ਸਾਰੇ ਸਮਾਜ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ ਪੁਲਿਸ ਬਾਰੇ ਪਰਸੈਪਸ਼ਨ ਹੈ ਕਿ ਅਨਫਿਟ ਹੈ ਹੋਰ ਹੈ ਉਹਦੇ ਚ ਕਾਰਨ ਬੜੇ ਆ ਦੇਖੋ ਜੇ ਆਪਾਂ ਸੱਚ ਦੇਖੀਏ ਤਾਂ ਆਲ ਟਾਈਮਿੰਗਸ ਬਹੁਤ ਆ ਡਿਊਟੀ ਦੇ ਬਿਲਕੁਲ ਜੀ ਬਿਲਕੁਲ ਔਰ ਖਾਣੇ ਰਲੀਫ ਮਿਲਣਾ ਚਾਹੀਦਾ ਥੋੜਾ ਖਾਣੇ ਹਾਂਜੀ ਖਾਣੇ ਦਾ ਟਾਈਮ ਪੱਕਾ ਨਹੀਂ ਹੈ ਉਹਦੇ ਨਾਲ ਕੀ ਹੁੰਦਾ ਕਿ ਜਿੱਦਾਂ ਬੇ ਟਾਈਮ ਆਪਾਂ ਖਾਣੇ ਆ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਮਿਲਦਾ ਉਹਦੇ ਨਾਲ ਕਿੰਨੀਆਂ ਹੀ ਸਾਡੇ ਬਾਡੀ ਦੇ ਵਿੱਚ ਬਿਮਾਰੀਆਂ ਨੂੰ ਅਸੀਂ ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਇਨਕਰੇਜ ਹੋ ਜਾਂਦੀਆਂ ਬਿਕੋਜ਼ ਆਫ ਬੈਡ ਲਾਈਫਸਟਾਈਲ ਬਿਲਕੁਲ ਜੀ ਪਰ ਉਹ ਲਾਈਫਸਟਾਈਲ ਕੰਪਲਸਰਲੀ ਕਿਉਂਕਿ ਡਿਊਟੀ ਇਦਾਂ ਦੀ ਹੈ ਔਰ ਸਾਡੀ ਡਿਮਾਂਡ ਸੁਸਾਇਟੀ ਦੀ ਦਿਨ-ਪਰ-ਦਿਨ ਵੱਧ ਰਹੀ ਹੈ ਪੁਲਿਸ ਘਟ ਹੈ ਸੋ ਜਿਹੜੇ ਵਰਕਿੰਗ ਆਵਰਸ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੇ ਓਵਰ ਦੀ ਡੇਜ਼ ਇੱਕ ਦਿਨ ਤਾਂ ਬੰਦਾ ਚਲੋ 14-15 ਘੰਟੇ ਕੰਮ ਵੀ ਕਰ ਸਕਦਾ ਹਰ ਰੋਜ਼ ਜੇ ਕਰੇਗਾ ਤਾਂ ਉਹਦੀ ਬੋਡੀ ਦੇ ਉੱਤੇ ਉਹਦਾ ਇਫੈਕਟ ਆਏਗਾ ਹੀ ਬਿਲਕੁਲ ਜੀ ਵੀ ਸੋ ਉਹਦੇ ਵਾਸਤੇ ਮੇਨਲੀ ਤਾਂ ਅਸੀਂ ਯੋਗਾ ਦੇ ਉੱਤੇ ਔਰ ਪੁਲਿਸ ਲੈਨਾਂ ਦੇ ਵਿੱਚ ਤੈਨੂੰ ਐਸਐਸਪੀਜ਼ ਨੂੰ ਕਿਹਾ ਕਿ ਤੁਸੀਂ ਆਪਣੇ ਏਰੀਆ ਜਿੰਨੀ ਵੀ ਫੋਰਸ ਨਿਕਲ ਸਕਦੀ ਹੈ ਚਾਹੇ ਥਾਣੇ ਚ ਜਾ ਕੇ ਜਾਂ ਆਪਾਂ ਕਾਉਂਸਲਿੰਗ ਕਰੀਏ ਦੇਖੋ ਦੋ ਚੀਜ਼ਾਂ ਦੀ ਲੋੜ ਹੈ ਐਕਸਰਸਾਈਜ਼ ਤੋਂ ਇਲਾਵਾ ਉਹਨਾਂ ਨੂੰ ਪਤਾ ਹੋਵੇ ਕਿ ਫੂਡ ਹੈਬਿਟਸ ਮੈਂ ਕਿਹੋ ਜਿਹੀਆਂ ਰੱਖਣੀਆਂ ਬਿਲਕੁਲ ਠੀਕ ਹੈ ਉਹ ਵੀ ਉਨਾ ਹੀ ਇੰਪੋਰਟੈਂਟ ਹੈ ਪਲੱਸ ਇਹਨਾਂ ਦਾ ਮੈਡੀਕਲ ਐਨੂਅਲੀ ਹੁੰਦਾ ਹੀ ਹੈ ਮੈਡੀਕਲ ਦੇ ਮੁਤਾਬਕ ਜਿਹੜਾ ਪੁਲਿਸ ਲਾਈਨ ਦੇ ਸਾਡੇ ਡਾਕਟਰ ਨੇ ਜਾਂ ਬਾਹਰੋਂ ਕੈਂਪ ਲਵਾ ਕੇ ਮੈਂ ਕਿਹਾ ਹਰੇਕ ਜਿਹੜੇ ਮੁਲਾਜ਼ਮ ਦੀ ਸਿਹਤ ਬਾਰੇ ਕਾਉਂਸਲਿੰਗ ਲੇਡੀ ਸਟਾਫ ਨੂੰ ਫੀਮੇਲ ਡਾਕਟਰ ਦੱਸਣ ਹਾਰਟ ਦੇ 슈ਗਰ ਦੇ ਬਲੱਡ ਪ੍ਰੈਸ਼ਰ ਦੇ ਚਾਰ ਪੰਜ ਚੀਜ਼ਾਂ ਜਿਹੜੀਆਂ ਬੜੀਆਂ ਕਾਮਨ ਨੇ ਲਿਵਰ ਡਿਜ਼ੀਜ਼ ਹੈ ਸੋ ਉਹਦੇ 'ਚ ਅਸੀਂ ਸਾਰਿਆਂ ਨੂੰ ਫੋਕਸ ਕਰਕੇ ਸੋ ਥੈਟ ਇੱਕ ਇੱਕ ਬੰਦੇ ਨੂੰ ਪ੍ਰਾਇਰਟਾਈਜ਼ ਕਰੀਏ ਉਹਦਾ ਇਲਾਜ ਵੀ ਹੋਵੇ ਉਹਦੀ ਕਾਉਂਸਲਿੰਗ ਵੀ ਹੋਵੇ ਉਹਦੀ ਫਿਟਨੈਸ ਨੂੰ ਪ੍ਰਾਇਰਟਾਈਜ਼ ਕੀਤਾ ਜਾਵੇ ਇੱਕ ਸਰ ਕੋਵਿਡ ਦਾ ਜਿਹੜਾ ਖਤਰਾ ਦੁਬਾਰਾ ਫੇਰ ਜਿਹੜੇ ਕੇਸ ਨੇ ਸਾਰੇ ਦੇਸ਼ ਦੇ ਵਿੱਚ ਜਿਹੜੇ ਪਲੱਸ ਹੋ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਕੇਸ ਪਲੱਸ ਹੋ ਰਹੇ ਨੇ ਤੁਹਾਡੀ ਜਿਹੜੀ ਫੋਰਸ ਆ ਸਭ ਨੂੰ ਵੈਕਸੀਨ ਲੱਗੀ ਹੋਈ ਹੈ ਜਾਂ ਇਹਨਾਂ ਦੀ ਸੇਫਟੀ ਲਈ ਕੀ ਐਫਰਟਸ ਨੇ ਕਰੋਨਾ ਤੋਂ ਦੇਖੋ ਕਰੋਨਾ ਦੇ ਵਿੱਚ ਇਹ ਹੈ ਕਿ ਡਬਲ ਜਿਹੜੀ ਸੈਕੰਡ ਵੈਕਸੀਨ तकरीबन 80 ਟੂ 90% ਸਾਡੀ ਫੋਰਸ ਕਵਰਡ ਹੈ ਉਹਦਾ ਵੀ ਬੜਾ ਬਚਾਅ ਹੁੰਦਾ ਹੈ ਹੁਣ ਜਿੱਦਰਾ ਜੋ ਪ੍ਰੋਟੋਕਾਲ ਆਉਣਗੇ ਜੇ ਥਰਡ ਵੈਕਸੀਨ ਦੀ ਲੋੜ ਪਈ ਤੇ ਡੈਫੀਨਿਟਲੀ ਉਹਦੇ ਵਾਸਤੇ ਵੀ ਆਪਾਂ ਕਰਾਂਗੇ ਬਾਕੀ ਇਹਨਾਂ ਨੂੰ ਅਵੇਅਰਨੈਸ ਜਿਹੜੀ ਹੈ ਟਾਈਮ ਟੂ ਟਾਈਮ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਪੁਲਿਸ ਦਾ ਐਕਸਪੋਜ਼ਰ ਬਹੁਤ ਆ ਪਬਲਿਕ ਨਾਲ ਜਿੱਥੇ ਵੀ ਕਰਾਊਡ ਜਾਂਦੀ ਹੈ ਪੁਲਿਸ ਦਾ ਐਕਸਪੋਜ਼ਰ ਹੈ ਉਹ 마스크 ਦੀ ਜਿਹੜੀ ਇਸ਼ੂ ਹੈ ਜੇ ਤਾਂ ਨਹੀਂ ਹੈਗਾ ਕੋਈ ਨਾ ਬਟ ਜੇ ਪਾਉਣਾ ਵੀ ਪੈਂਦਾ ਤਾਂ ਪੁਲਿਸ ਦੀ ਡਿਊਟੀ 'ਚ ਬੜਾ ਉਹ ਮੁਸ਼ਕਲ ਹੋ ਜਾਂਦਾ ਜੀ 마스크 ਪਾ ਕੇ ਕੋਈ ਤੇ ਪੜਣਾ ਵੀ ਪੈਂਦਾ ਹੈ ਕਿਤੇ ਖੜਨਾ ਵੀ ਪੈਂਦਾ ਸੋ ਉਹ ਕਾਫੀ ਦੇਰ ਸਾਨੂੰ ਉਦੋਂ ਕੋਵਿਡ ਟਾਈਮ ਤੇ ਮੈਨੂੰ ਯਾਦ ਆ ਸਾਰੀ ਜਗ੍ਹਾ ਤਾਂ ਪੁਲਿਸ ਇਹੀ ਕੰਪਲੇਂਟ ਕਰਦੀ ਵੀ ਸਾਰੇ ਸਾਨੂੰ ਮਤਲਬ ਕਾਫੀ ਔਖਾ ਹੋ ਜਾਂਦਾ ਡਿਊਟੀ ਦੇ ਵਿੱਚ ਪਰ ਉਹ ਜਿਵੇਂ ਉਹ ਕੰਟੇਨਮੈਂਟ ਜ਼ੋਨ ਹੈ ਹੋਰ ਉੱਥੇ ਲਾਉਣੇ ਤਾਂ ਪੈਂਦਾ ਹੀ ਹੈ 마스크 ਉਸ ਤੋਂ ਬਿਨਾ ਸੋ ਜਿਹੜੀ ਇਹਨਾਂ ਦੀ ਵੈਲਫੇਅਰ ਵਾਲਾ ਮੁੱਦਾ ਹੈਗਾ ਉਹਨੂੰ ਅਸੀਂ ਡੀਜੀ ਆਫਿਸ ਵੀ ਅਸੀਂ ਵੀ ਮੋਨੀਟਰ ਕਰਦੇ ਰਹਿੰਦੇ ਆ ਤਾਂ ਕਿ ਸੈਨੀਟਾਈਜ਼ਰ ਕੋਈ ਸੋਪਸ ਡਾਇਟ ਦਾ ਸਾਰਾ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਬਾਕੀ ਇਹ ਅਵੇਅਰਨੈਸ ਜਿਹੜੀ ਹੈ ਇਹਨੂੰ ਕੰਟੀਨਿਊ ਕਰਾਂਗੇ ਇੱਕ ਸਰ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਫੀਮੇਲ ਜਿਹੜੀਆਂ ਲੜਕੇ ਹੈਗੇ ਆ ਉਹਨਾਂ ਦੀ ਜਿਹੜੀ ਪੁਲਿਸ ਦੇ ਵਿੱਚ ਭਰਤੀ ਉਹ ਬਹੁਤ ਹੋਈ ਹੈ ਥੋੜਾ ਟਾਈਮ ਪਹਿਲਾਂ ਥੋੜਾ ਲੇਡੀਜ਼ ਨੂੰ ਕੋਈ ਗੱਲ ਕਰਨ ਦੇ ਵਿੱਚ ਉਹ ਸੀਗਾ ਪਰ ਅੱਜ ਕੋਈ ਵੀ ਲੇਡੀ ਥਾਣੇ ਦੇ ਵਿੱਚ ਆਪ ਜਾ ਕੇ ਲੇਡੀਜ਼ ਨਾਲ ਗੱਲ ਕਰ ਸਕਦੀ ਹੈ ਆਪਣੀ ਕੰਪਲੀਟ ਕਰ ਸਕਦੀ ਹੈ ਸੋ ਜਿਹੜੀਆਂ ਲੜਕੀਆਂ ਨਵੀਆਂ ਆ ਰਹੀਆਂ ਨੇ ਉਹਨਾਂ ਨੂੰ ਟੈਕਨੀਕਲ ਕੰਮ ਤੋਂ ਜਾਂ ਹੋਰ ਫੀਲਡ ਤੋਂ ਕੋਈ ਫੀਲਡ ਦੇ ਵਿੱਚ ਵੀ ਲਗਾਏ ਜਾ ਰਹੇ ਉਹਨਾਂ ਨੂੰ ਕਿਸੇ ਥਾਣੇ ਦੀ ਚੌਂਕੀ ਦੀ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਦੇਖੋ ਆਪਾਂ ਜਿਹੜਾ ਫੀਮੇਲ ਸਟਾਫ ਹੈ ਉਹ ਥਾਣੇ 'ਚ ਵੀ ਲਾਇਆ ਜਾ ਰਿਹਾ ਹੈ ਇਵਨ ਇਨਚਾਰਜ ਨੇ ਐਸ ਐਚ ਓਜ਼ ਲੇਡੀਜ਼ ਕਾਫੀ ਲੱਗੀਆਂ ਹੋਈਆਂ ਜੀ ਜੀ ਉਦੇ ਨਾਲ ਕੀ ਹੈ ਕਿ ਅੱਛਾ ਮਿਕਸ ਹੋ ਜਾਂਦਾ ਹੈ ਬਿਕੋਜ਼ ਪੁਲਿਸ ਦੇ ਵਿੱਚ ਕੋਈ ਜੈਂਡਰ ਬਾਇਸ ਇਦਾਂ ਦੀ ਨਹੀਂ ਹੈ ਜੀ ਜੀ ਔਰ ਮੈਂ ਇਸ ਗੱਲ ਦਾ ਬੜਾ ਮੈਨੂੰ ਮਾਣ ਵੀ ਹੈ ਕਿ ਲੇਡੀ ਜਿਹੜਾ ਸਾਡਾ ਫੋਰਸ ਵਿੰਗ ਜਿਹੜਾ ਵਿੰਗ ਹੈ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਿਹਾ ਹੈ ਬਿਲਕੁਲ ਜੀ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਲੈਕਿੰਗ ਜਾਂ ਉਹਨਾਂ ਵੱਲੋਂ ਸਾਨੂੰ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਹੈ ਉਹ ਬੜਾ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਸਾਰਾ ਐਜ਼ ਐਜ਼ ਗੁੱਡ ਐਜ਼ ਅਦਰ ਮੇਲ ਸਟਾਫ ਸਰ ਮੇਰਾ ਤੁਹਾਨੂੰ ਆਖਰੀ ਸਵਾਲ ਹੈ ਬਾਬੂ ਸ਼ਾਹੀ ਦੇ ਮਾਦਮ ਰਾਹੀਂ ਤੁਸੀਂ ਰੂਪਨਗਰ ਰੇਂਜ ਦੇ ਜਿਹੜੇ ਸਾਡੇ ਵਸ਼ਿੰਦੇ ਨੇ ਉਹਨਾਂ ਨੂੰ ਕੁਝ ਸਨੇਹਾ ਦੇਣਾ ਚਾਹੋਗੇ ਦੇਖੋ ਸਭ ਤੋਂ ਮੇਨ ਸਨੇਹਾ ਮੈਂ ਦੇਣਾ ਚਾਹੁੰਨਾ ਸਾਰੀ ਸਮਾਜ ਨੂੰ ਕਿ ਸਾਡੇ ਜੇ ਅਸੀਂ ਐਨਲਾਈਜ਼ ਕਰੀਏ ਸਾਡੇ ਸਮਾਜ ਦੇ ਵਿੱਚ ਡਿਸਪਲਿਨ ਦੀ ਬਹੁਤ ਘਾਟ ਹੁੰਦੀ ਜਾ ਰਹੀ ਹੈ ਚਾਹੇ ਉਹ ਪਰਿਵਾਰ ਦੇ ਵਿੱਚ ਹੈ ਚਾਹੇ ਉਹ ਸਮਾਜ ਦੇ ਵਿੱਚ ਹੈ ਚਾਹੇ ਉਹ ਕਿਸੇ ਆਪਣੀ ਤੁਸੀਂ ਜਿੱਥੇ ਕੰਮ ਕਰਦੇ ਹੋ ਵਰਕਪਲੇਸ ਦੇ ਉੱਤੇ ਹੈ ਡਿਸਪਲਿਨ ਅਸੀਂ ਇਨਕਲਕੇਟ ਕਰੀਏ ਦੂਜਾ ਅਸੀਂ ਰਾਈਟਸ ਬਾਰੇ ਬਹੁਤ ਅਵੇਅਰਾਂ ਅੱਛੀ ਗੱਲ ਹੈ ਫੰਡਮੈਂਟਲ ਰਾਈਟ ਆ ਸਾਡਾ ਉਹਦੇ ਨਾਲ ਉਸੇ ਕਨਸਟੀਟਿਊਸ਼ਨ ਦੇ ਵਿੱਚ ਡਿਊਟੀਆਂ ਵੀ ਇਨਸਰਾਈਨ ਕੀਤੀਆਂ ਗਈਆਂ ਸੋ ਮੇਰੀ ਗੁਜ਼ਾਰਿਸ਼ ਹੈ ਸਭ ਨੂੰ ਕਿ ਉਹ ਜ਼ਰੂਰ ਡਿਊਟੀਆਂ ਵੀ ਆਪਾਂ ਜੋ-ਜੋ ਸਾਨੂੰ ਸਾਡ ਤੋਂ ਤਵੱਕੋ ਕੀਤੀ ਜਾਂਦੀ ਹੈ ਉਹ ਵੀ ਅਸੀਂ ਬਾਖੂਬੀ ਨਿਭਾਈਏ ਇਸ ਤੋਂ ਇਲਾਵਾ ਪੁਲਿਸ ਦਾ ਜਿਹੜਾ ਸਾਡਾ ਰੋਲ ਚੱਲ ਰਿਹਾ ਹੈ ਰੇਂਜ ਦੇ ਵਿੱਚ ਇਹੀ ਹੋਏਗਾ ਕਿ ਤੁਹਾਡਾ ਇੱਕ ਹਮਦਰ ਦੋਸਤ ਹੋਵੇ ਪੁਲਿਸਮੈਨ ਔਰ ਜਿਹੜਾ ਕ੍ਰਿਮਿਨਲ ਐਲੀਮੈਂਟ ਆ ਉਹਦੇ ਉੱਤੇ ਪ੍ਰਭਾਵ ਹੋਵੇ ਪੁਲਿਸ ਦਾ ਕਾਨੂੰਨ ਦਾ ਆਮ ਸਿਟੀਜ਼ਨ ਨੂੰ ਇਹ ਹੋਵੇ ਕਿ ਮੇਰਾ ਇਹ ਬਹੁਤ ਅੱਛਾ ਦੋਸਤ ਹੈ ਫਰੈਂਡ ਹੋਵੇ ਫ੍ਰੈਂਡਲੀ ਜਿਹੜੀ ਕਮਿਊਨਿਟੀ ਪੁਲਿਸਿੰਗ ਹੈ ਉਹ ਅਸੀਂ ਹੋ ਰਿਹਾ ਕਰ ਰਹੇ ਆ ਪਰ ਇਸ ਇਹਦੇ ਨਾਲ ਰੂਲਸ ਨੂੰ ਫੋਲੋ ਕਰਨ ਪਬਲਿਕ ਆਮ ਆਪਣੇ ਅਕਸਰ ਕੀ ਦੇਖਦੇ ਆ ਕਿ ਜੇ ਪੁਲਿਸਮੈਨ ਖੜਾ ਪਰ ਰੈੱਡ ਲਾਈਟ ਦੇ ਉੱਤੇ ਖੜ੍ਹ ਜਾਂਦੇ ਆ ਸੀਟ ਬੈਲਟ ਵੀ ਪਾ ਲੈਣੇ ਆ ਹੈਲਮਟ ਵੀ ਲੈ ਲੈਣੇ ਆ ਪਰ ਪਹਿਲੇ ਨਹੀਂ ਸੋਚਦੇ ਵੀ ਅਸੀਂ ਉਹਦੇ ਕਰ ਕਿੰਨੀ ਪਾਰੇ ਤਾਂ ਆਪਣੀ ਸੇਫਟੀ ਦੀਆਂ ਚੀਜ਼ਾਂ ਨਹੀਂ ਸੋ ਇਹਨੂੰ ਆਪਾਂ ਆਪਣੇ ਅੰਦਰ ਇਨਕਲਕੇਟ ਕਰ ਲਿਏ ਫੀਲਿੰਗ ਔਰ ਕਾਨੂੰਨ ਨੂੰ ਮੰਨਿਏ ਆਰਡਰਲiness ਲਈ ਇਹ ਕਿਤੇ ਆਪਾਂ ਬਾਜ਼ਾਰ ਜਾਨੇ ਗਲਤ ਜਗ੍ਹਾ ਗੱਡੀ ਖੜੀ ਕਰਨ ਦੀ ਆਦਤ ਹੀ ਨਹੀਂ ਹੋਣੀ ਚਾਹੀਦੀ ਕਿਉਂ ਪੁਲਿਸ ਨੂੰ ਲੋਡ ਪਵੇ ਕਿ ਟੋ ਕਰਨ ਔਰ ਰੋਪੜ ਦੇ ਸਾਰੇ ਜਿਹੜੇ ਤਿੰਨੋਂ ਡਿਸਟ੍ਰਿਕਟ ਚ ਕੁਦਰਤੀ ਮੈਂ ਬਤੌਰ ਐਸਐਸਪੀ ਕੰਮ ਕੀਤਾ ਔਰ ਲੋਕ ਬਹੁਤ ਅੱਛੇ ਨੇ ਮੈਂ ਵਧਾਈ ਦੇਣਾ ਇਸ ਰੇਂਜ ਦੇ ਸਾਰੇ ਲੋਕਾਂ ਨੂੰ ਹਮੇਸ਼ਾ ਹੀ ਪੁਲਿਸ ਦਾ ਸਾਥ ਦਿੰਦਾ ਹੈ ਔਰ ਬੜੇ ਬੜੇ ਡਿਫਿਕਲਟ ਟਾਈਮਸ ਦੇ ਵਿੱਚ ਨਾਲ ਖੜੇ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਦੇ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਤੁਹਾਡੇ ਵੱਲੋਂ ਸਹਿਯੋਗ ਮਿਲੇਗਾ ਸਾਡੇ ਵੱਲੋਂ ਅਸੀਂ ਵਚਨਬੱਧ ਆ ਤੁਹਾਡੇ ਪ੍ਰਤੀ ਤੁਹਾਡੀਆਂ ਰਾਈਟਸ ਨੂੰ ਪ੍ਰੋਟੈਕਟ ਕਰਨਾ ਤੁਹਾਡੀ ਸਿਕਿਉਰਿਟੀ ਦਾ ਧਿਆਨ ਰੱਖਣਾ ਉਹ ਸਾਰਾ ਪੁਲਿਸ ਦਾ ਕੰਮ ਹੈ ਔਰ ਮੈਂ ਇਹੀ ਤੁਹਾਨੂੰ ਮਤਲਬ ਇਸ ਵਿੱਚ ਆਸ ਦਵਾਉਣਾ ਕਿ ਇਸੇ ਤਰ੍ਹਾਂ ਪੁਲਿਸ ਹੋਰ ਵੀ ਤੰਦੇਹੀ ਨਾਲ ਕੰਮ ਕਰੇ ਸਰ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਚ ਬਾਬੂ ਸ਼ਾਹੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਦਰ ਥੈਂਕ ਯੂ ਦੋਸਤੋ اے సిਗੇ ਰੂਪਨਗਰ ਰਹੇ ਨੇ ਡੀ ਆਈ ਜੀ ਗੁਰਪ੍ਰੀਤ ਸਿੰਘ ਭੋਲਰ ਜੀ ਤੁਹਾਨੂੰ ਇੰਟਰਵਿਊ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰੋ ਮੈਂਦیدار ਗੁਰਨਾ ਤੁਹਾਡੇ ਲਈ ਇਦਾਂ ਦੀਆਂ ਇੰਟਰਵਿਊਜ਼ ਲੈ ਕੇ ਆਉਂਦਾ ਰਹਾਂਗਾ ਸੋ ਤਦ ਤੱਕ ਲਈ ਥੈਂਕ ਯੂ ਵੈਰੀ ਮਚ